ਆਪ ਦੀ ਜਦ ਆਪ ਦੀ ਪੈਦਾਇਸ਼ ਹੋਈ ਹੈ ਤਾਂ ਇੱਕ ਦਾਈ ਜਿਹੜੀ ਸਭਨਾਂ ਦੇ ਘਰੇ ਜਾਂਦੀ ਸੀ ਬੱਚਾ ਹੋਣ ਪਰ ਉਹਨੂੰ ਬੁਲਾਇਆ ਗਿਆ ਤਾਂ ਉਸ ਦਾਈ ਉਸ ਮਹੱਲੇ ਦੇ ਬੱਚੇ ਦੇਖਿਆ ਕਰਦੇ ਸੀ ਕਿ ਜਦ ਵੀ ਮਾਈ ਕਿਸੇ ਦੇ ਘਰ ਜਾਂਦੀ ਹੈ ਬੱਚਾ ਪੈਦਾ ਹੁੰਦਾ ਹੈ ਤਾਂ ਉੱਥੋਂ ਕੁਛ ਨਾ ਕੁਛ ਮਿਲਦਾ ਖਾਣ ਲਈ ਉਹ ਬੱਚਿਆਂ ਨੂੰ ਵੰਡਿਆ ਕਰਦੀ ਸੀ ਜਿਸ ਦਿਨ ਸਖੀ ਸਰਬਰ ਸੁਲਤਾਨ ਲਾਲਾਂ ਵਾਲਿਆਂ ਦੀ ਪਲੈਸ਼ ਹੋਈ ਉਸ ਮਾਈ ਨੂੰ ਬੁਲਾਇਆ ਗਿਆ ਪਰ ਗਰੀਬੀ ਦਾ ਇੰਨਾ ਆਲਮ ਕਿ ਘਰ 'ਚ ਦਾਈ ਨੂੰ ਦੇਣ ਨੂੰ ਕੁਝ ਵੀ ਨਾ ਆਪ ਦੀ ਪਦਾਇਸ਼ ਹੋ ਗਈ ਤਾਂ ਆਪ ਦੀ ਮਾਈ ਸਖੀ ਸਰਬਰ ਲਾਲਾਂ ਵਾਲਿਆਂ ਦੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਆਪਣੇ ਅੱਲਾ ਨੇ ਖੁਸ਼ੀ ਦਿਖਾਈ ਹੈ ਇਹ ਪਰ ਖਾਲੀ ਜਾ ਰਹੀ ਹੈ ਘਰ 'ਚੋਂ ਇਹ ਨਹੀਂ ਹੋਣਾ ਚਾਹੀਦਾ ਕੁਝ ਨਾ ਕੁਝ ਇਹਨੂੰ ਜ਼ਰੂਰ ਦਿਓ ਉਹ ਕਹਿਣ ਲੱਗੇ ਘਰ 'ਚ ਤਾਂ ਕੁਝ ਵੀ ਨਹੀਂ ਹੈ ਕੀ ਦੇਈਏ ਕਿ ਇੱਦਾਂ ਕਰੋ ਫਲਾਨੇ ਘੜੇ ਦੇ ਵਿੱਚ ਥੋੜ੍ਹੇ ਜਿਹੇ ਜੌ ਪਏ ਨੇ ਉਹ ਇਹਦੀ ਝੋਲੀ 'ਚ ਪਾ ਦਿਓ ਖਾਲੀ ਨਾ ਪੈਂਦੇ ਕਹਿਣ ਲੱਗੇ ਅੱਛਾ ਉੱਥੇ ਉੱਠ ਕੇ ਜਾ ਕੇ ਉਹਨਾਂ ਨੇ ਘੜੇ ਦੇ ਵਿੱਚੋਂ ਜੌ ਚੁੱਕੇ ਮਾਈ ਦੇ ਪੱਲੇ 'ਚ ਪਾ ਦਿੱਤੇ ਮਾਈ ਵੀ ਸਮਝ ਗਈ ਕਿ ਘਰ 'ਚ ਕੁਛ ਨਹੀਂ ਹੈ ਤਾਂ ਹੀ ਮੈਨੂੰ ਜੌ ਦਿੱਤੇ ਨੇ ਜਦ ਮਾਈ ਬਾਹਰ ਨਿਕਲੀ ਤਾਂ ਉਹ ਸਾਰੇ ਬੱਚੇ ਇਕੱਠੇ ਹੋਏ ਖੜੇ ਕਹਿਣ ਲੱਗੇ ਮਾਈ ਲਿਆ ਖਾਣ ਲਈ ਕੁਛ ਦੇ ਅੱਗੇ ਦਿੰਦੀ ਆ ਉਹ ਕਹਿਣ ਲੱਗੀ ਕਾਕਾ ਅੱਜ ਤੁਹਾਡੇ ਖਾਣ ਵਾਲੀ ਚੀਜ਼ ਨਹੀਂ ਹੈ ਉਹ ਫਿਰ ਕਹਿੰਦੇ ਨੇ ਕਿ ਨਾ ਮਾਂ ਅੱਗੇ ਤੂੰ ਹਰ ਵਾਰੀ ਸਾਨੂੰ ਦਿੰਦੀ ਹੈ ਜਿੱਥੇ ਹੁੰਦਾ ਬੱਚਾ ਕੋਈ ਕਿ ਨਹੀਂ ਅੱਜ ਨਹੀਂ ਹੈ ਕੋਈ ਚੀਜ਼ ਉਹ ਸਾਰੇ ਮਗਰ ਪੈ ਗਏ ਕਹਿੰਦੇ ਤੂੰ ਦਿੰਦੀ ਨਹੀਂ ਹੈ ਤੇਰੇ ਕੋਲ ਹੈਗੀ ਚੀਜ਼ ਤਾਂ ਜੀ ਉਸ ਮਾਈ ਨੇ ਗੁੱਸੇ ਵਿੱਚ ਆ ਕੇ ਉਹ ਜਿਹੜੇ ਜਾਂ ਸੀ ਏਦਾਂ ਖਿਲਾਰ ਦਿੱਤੇ ਝੋਲੀ ਚੋਂ ਜਦ ਉਹ ਖਿਲਾਰੇ ਤਾਂ ਉਹ ਸੱਤ ਬਾਦਸ਼ਾਹੀ ਦੇ ਲਾਲ ਬਣ ਗਏ ਸੱਤ ਬਾਦਸ਼ਾਹੀ ਦੇ ਲਾਲ ਬਣੇ ਉਹਨਾਂ ਸਾਰੇ ਬੱਚਿਆਂ ਨੇ ਚੁੱਕ ਲਏ ਲਾਲ ਉਹ ਚੁੱਕੇ ਲਾਲ ਆਪੋ ਆਪਣੇ ਘਰਾਂ ਨੂੰ ਲੈ ਗਏ ਯਾਰ ਉਹ ਸ਼ਾਮ ਹੋਈ ਰਾਤ ਪੈ ਗਈ ਹਨੇਰਾ ਹੋ ਗਿਆ ਜਦ ਘਰਾਂ 'ਚ ਰੱਖੇ ਲਾਲ ਉੱਥੇ ਰੋਸ਼ਨੀ ਹੋ ਗਈ ਤਾਂ ਦੋਸਤੋ ਉੱਥੇ ਕਿਹਾ ਗਿਆ ਕਿ ਲਾਲਾ ਵਾਲਾ ਪੀਰ ਸਭ ਦੇ ਨਾਲ ਝੋਲੀ ਪਾਉਂਦਾ ਏ ਜਗਾਉਂਦਾ ਏ
ਸੋਹਣਾ ਵੇਖੋ।
ਕਿੰਨਾ ਸੋਹਣਾ ਵੇਖੋ ਯਾਰ ਲੱਗਦਾ ਕਿੰਨਾ ਸੋਹਣਾ ਵੇਖੋ ਯਾਰ ਸੋਹਣਾ ਵੇਖੋ ਯਾਰ ਮੇਰਾ ਪਿਆਰ ਲੱਗਦਾ ਕਿੰਨਾ ਸੋਹਣਾ ਵੇਖੋ ਯਾਰ ਮੇਰਾ ਪਿਆਰ ਲੱਗਦਾ ਕਿੰਨਾ ਸੋਹਣਾ ਵੇਖੋ ਯਾਰ ਮੇਰਾ ਪਿਆਰ ਲੱਗਦਾ ਤੇਰੇ ਬਾਜੋ ਆਉਣ ਜਿਹੜੇ ਅੱਗ ਨਵਾਂ ਸੁੱਖਾਂ ਨੂੰ ਨੱਚ ਕੇ ਯਾਰ ਮਨਾਵਾ ਜਿਸ ਕਲਬੂਤ ਬਣਾਇਆ ਪੰਜ ਤੱਤ ਇਕੱਠੇ ਕਰਕੇ ਜਿਸਨੇ ਰੂਹ ਵਿੱਚ ਆਣ ਟਿਕਾਇਆ ਕਿਸੇ ਚੀਜ਼ ਦੀ ਕਸਰ ਨਾ ਛੱਡੀ ਹਰ ਰੰਗ ਐਸਾ ਲਾਇਆ ਕਾਦਰ ਦੀ ਕੁਦਰਤ ਦਾ ਜਮਲਾ ਜੱਟਾ ਤੇਰਾ ਭੇਦ ਕਿਸੇ ਨਾ ਪਾਇਆ ਦੋਸਤੋ ਇਹ ਜੋ ਸੂਫੀਆਂ ਦਾ ਰੰਗ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ ਇਹਦੇ ਵਿੱਚ ਕੋਈ ਇਸ਼ਕ ਮੁਜ਼ਾਜ਼ੀ ਵਾਲੀ ਗੱਲ ਨਹੀਂ ਹੈ ਬਲਕਿ ਇਸ਼ਕ ਹਕੀਕੀ ਦੀ ਗੱਲ ਸਾਨੂੰ ਠੱਗ ਲੈਣਾ ਕਈਆਂ ਨੂੰ ਤੂੰ ਠੱਗ ਗਈ ਇਹ ਰੂਹ
ਅਤੇ ਬੁੱਤ ਦੇ ਸਵਾਲ ਜਵਾਬ ਨੇ। ਜਿਹੜੀ ਰੂਹ ਹੈ ਉਹ ਬੁੱਤ ਨੂੰ ਕਹਿੰਦੀ ਹੈ। ਇਹ ਕੋਈ ਅੱਜ ਕੱਲ੍ਹ ਦੀ ਗੱਲ ਨਹੀਂ, ਕੋਈ ਨਵੀਂ ਗੱਲ ਨਹੀਂ, ਇੱਕ ਬਹੁਤ ਪਾਕ ਬੜੀ ਪੁਰਾਣੀ ਗੱਲ ਹੈ ਕਿ ਸਾਨੂੰ ਠੱਗ ਲੈਣਾ ਕਈਆਂ ਨੂੰ, ਤੂੰ ਠੱਗ ਗਈ ਨੀ, ਤੇਰੇ ਨਾਲ ਕੀ ਲਾਉਣੀਆਂ, ਸਾਡੀ ਲੱਗਣੀ ਸੀ ਸਾਈਆਂ ਨਾਲ ਲੱਗ ਗਈ ਨੀ, ਤੇਰੇ ਨਾਲ ਕੀ ਲਾਉਣੀ। ਪਾਪਾ ਜੀ ਤੇ ਮੱਥੇ ਟੇਕ ਆਵਾਂ, ਛੱਡੀ ਨਾ ਕੋਈ ਮੜੀ ਮਸੀ। ਦੱਸਦੀ ਐ ਬਣ ਕੇ ਕਿ ਸਾਨੂੰ ਖੂਬਸੂਰਤ ਐ, ਉਸ ਨੇ ਬਣਾਇਆ ਤੈਨੂੰ ਮਿੱਟੀ ਦੀ ਐ ਮੂਰਤ। ਤੁਸੀਂ ਇੰਜ ਕਿਉਂ ਕਹਿੰਦੇ ਹੋ? ਜਾ ਇੱਕ ਐ ਜਿਹੜਾ ਤੂੰ ਬੱਠੂ ਸੱਤੀ ਇੱਜਤਾਂ ਦੀ ਟੁੱਟੀ ਨਹੀਂ ਉਹ ਜੁੜਨੇ ਲੱਜ, ਇੱਜਤਾਂ ਦੀ ਟੁੱਟੀ ਨਹੀਂ ਉਹ ਜੁੜਨੀ, ਤੂੰ ਪਿੰਗਾ ਚੱਟ ਦੇ ਚੜਾਉਣੀਆਂ।
ਬਾਜਾਂ ਦਿਆਂ ਪੰਜਿਆਂ ਚ ਚਿੜੀਆਂ, ਆਈਆਂ ਬਾਜਾਂ ਦਿਆਂ ਪੰਜਿਆਂ ਚ ਚਿੜੀਆਂ, ਹੋ ਕਿਸ ਨਹੀਂ ਉਹ ਛਡਾਉਣੀਆਂ ਸਾਨੂੰ ਚੱਕ ਲੈਣਾ ਦੱਸਣਾ, ਨਹੀਂ ਉਹ ਦੱਸਣਾ ਵੇ ਦੁੱਖ ਤੈਨੂੰ, ਨਹੀਂ ਉਹ ਦੱਸਣਾ, ਨਹੀਂ
ਦੱਸਾਂ ਕਿਨੂੰ ਮਾਇਆ ਹਾਲ ਆਪਣੇ ਤੇਰੇ ਬਾਜੋ ਲੈ ਕੇ ਯਾਦਾਂ ਤੇਰੀਆਂ ਨੂੰ ਕਿੰਨਾ ਨਾਲ ਆਪਣੇ ਤੇਰੇ ਪਿਆਰ ਦੀਆਂ ਤੇ ਤੇਰੇ ਪਿਆਰ ਦੀਆਂ ਤੇਰੇ ਪਿਆਰ ਦੀਆਂ ਰਾਵਾਂ ਚ ਖਲੋਣਾ ਵੇ ਦੁੱਖ ਤੈਨੂੰ ਨਹੀਂ ਦੱਸਣਾ ਯਾਰਾਂ
बिछुड़ने का गम है माँ बिछुड़ने का गम है बिछुड़ने का गम है माँ बिछुड़ने का गम है आते हैं नसीबों वाले आते हैं नसीबों वाले माँ ये तेरा करम है बिछुड़ने का गम है माँ बिछुड़ने का गम है बिछुड़ने का गम है जम्मू शहर का नजारा बाहु के किले में काली मंदिर है प्यारा कभी नदी में पानी लाल लाल बह रहा नदी के किनारे साधु दास ताये कह रहा नदी के किनारे साधु दास ताये कह रहा बाल रूप वैष्णो माँ पहले यहाँ आई थी राम ध्यान की ज्योति मन में जगाई थी योगी भैरव रुका यहाँ वैष्णो को देख कर करी जो नियत खोटी गई माता छोड़ कर करी जो नियत खोटी गई माता छोड़ कर गुस्से में कहा पापी आई ना शर्म है बिछड़ने का गम है माँ बिछड़ने का गम है Thank you.
Thank you.
ਮੇਲਾ
ਲਓ ਜੀ ਇਹ ਸੀ ਮੈਡਮ ਪੂਜਾ ਜੀ। ਲਓ ਜੀ ਹੁਣ ਤੁਹਾਡੇ ਸਾਹਮਣੇ ਮੈਡਮ ਮਿਰਚੀ ਜੀ ਫਰੋਮ ਹੁਸ਼ਿਆਰਪੁਰ। ਹਾਂਜੀ ਰਵਜੋਤ ਹਸਪਤਾਲ ਜਿਹਨਾਂ ਨੂੰ ਆਮ ਪਾਰਟੀ ਵੱਲੋਂ ਟਿਕਟ ਮਿਲੀ ਹੈ ਸਾਡੇ ਇਸ ਪੰਡਾਲ ਦੇ ਵਿੱਚ ਹਾਜ਼ਰ ਹੋਏ ਨੇ ਸਰਕਾਰਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਾਈਏ ਅਸੀਂ ਉਹਨਾਂ ਦੇ ਇੱਥੇ ਆਇਆਂ ਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਸਾਡੇ ਡਾਕਟਰ ਸਾਹਿਬ ਕਹਤੇ ਉਸੇ ਮਿਲ ਕੇ ਦੋਨੋਂ ਜਹਾਂ ਜਿਸੇ ਤੂੰ ਨੇ ਦਰ ਪੇ ਬੁਲਾ ਲਿਆ ਉਸੇ ਮਿਲ ਕੇ ਦੋਨੋਂ ਜਹਾਂ ਜਿਸੇ ਤੂੰ ਨੇ ਦਰ ਪੇ ਬੁਲਾ ਲਿਆ ਤੇਰੀ ਇੱਕ ਸ਼ਿਕਾਇਤ ਕਰੂ ਕਿਆ ਉਸ ਖੁਦਾ ਸੇ ਖੁਦਾ ਹੀ ਆਸ਼ਿਕ ਬਨ ਨਿਕਲਾ ਜੀ। ਸੋ ਬਹੁਤ ਸਾਰੀ ਬੇਨਤ ਮਾਇਆ ਆਈ ਸੰਗਤ ਦੇ ਨਾਤੇ ਸਾਡੀ ਕਲੱਬ ਦੇ ਸਾਰੇ ਡਾਂਸਰਾਂ ਦੇ ਨਾਤੇ ਜੀ ਬਹੁਤ ਸ਼ੁਕਰੀਆ ਮਿਹਰਬਾਨੀ। ਹੈਲੋ ਹੈਲੋ ਹਾਂਜੀ ਬਹੁਤ ਸਰਬਤਮਾ ਜੀ ਜੱਗਾ ਤੋਂ ਅਜੇ ਹਾਂਜੀ ਬਹੁਤ ਸਰਬਤਮਾ ਜੀ ਜੱਗਾ ਤੋਂ ਅਜੇ ਆਤਮਰੀ ਚੈਨ ਰਹੇ ਤੇ ਰੱਬ ਦੀ ਅਨਾਇਤ ਹੋ ਰਹੇ ਰੱਬ ਦੀ ਨਾ
ਤੇ ਰੱਬਾ ਪਿਛੜੇ ਪੀਰ ਮਿਲਾਵੀ। ਸੋ ਬਾਬਾ ਜੀ ਦਾ ਸਿਹਰਾ ਉਹ ਆਉਂਦੀਆਂ ਨਸੀਬਾਂ ਨਾਲੇ ਪੀਰ ਬਾਬਾ ਨੂਰੀ ਸ਼ਾਹ ਸਰਕਾਰ ਦੇ ਨਾਮ ਦੀ ਵੇਲ, ਜਿੰਨਾ ਸਰਕਾਰ ਦਾ ਮੀਲਾ ਹੋ ਰਿਹਾ ਦਾਤਾ ਜੀ ਦੇ ਨਾਮ ਦੀ ਵੇਲ, ਬੇਅੰਤ ਮਾਇਆ ਦੀ ਵੇਲ, ਬੇਅੰਤ ਮਾਇਆ ਦੀ ਵੇਲ ਜੀ। ਹੋਰ ਪਾਸੇ ਬੇਅੰਤ ਮਾਇਆ ਬਿੰਦਰ ਢੋਲੀ ਪਿੰਡ ਹੁੱਕੜਾ ਤੋਂ ਜੀ। ਸਜਾਇਆ ਲਾ ਕੇ ਫੁੱਲ ਕਲੀਆਂ।
ਨਾ ਕੋਈ ਮੇਰੇ ਨਾਲ ਵਾਰ ਕੁਝ ਹੋਣਾ ਨਾ ਕੋਈ ਖੁਸ਼ੀਆਂ ਦੇ ਵਿਹੜੇ ਵਿੱਚ ਖੁਸ਼ੀਆਂ ਦੇ ਵਿਹੜੇ ਵਿੱਚ ਕੰਜੜੀਆਂ ਖੁਸ਼ੀਆਂ ਦੇ ਵਿਹੜੇ ਵਿੱਚ ਲਾਈਆਂ ਕੰਜੜੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਤੰਗੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਤੰਗੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਫੁੱਲ ਤੰਗੀਆਂ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ ਰਾਜੇਸ਼ ਚੰਦ ਜੀ ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਚੱਲਦੇ ਹਮੇਸ਼ਾ ਫਕੀਰਾਂ ਦੇ ਜੈ ਸਾਈਆਂ ਦੀ ਜੈ ਸੰਤਾਂ ਦੀ ਜੈ ਪੀਰਾਂ ਦੀ ਸਭ ਤੋਂ ਪਹਿਲਾਂ ਅੱਜ ਨਗਰ ਬੇਗੋਵਾਲ ਵਿਖੇ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਪਿੰਡ ਵਾਸੀਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਇਸ ਮੇਲੇ ਦੀਆਂ ਵਧਾਈਆਂ ਦਿੰਦੇ ਹਾਂ ਜੋ ਸਾਲਾਨਾ ਜੋੜ ਮੇਲਾ ਇੱਥੇ ਹੋ ਰਿਹਾ ਬਾਬਾ ਜੀ ਦਾ ਵੀ ਆਸ਼ੀਰਵਾਦ ਲਿਆ ਸੀ ਲੈ ਰਹੇ ਆਪਾਂ ਸਾਥੀਓ ਕੋਈ ਜ਼ਿਆਦਾ ਸਮੇਂ ਨਹੀਂ ਲਊਗਾ ਬਹੁਤ ਹੀ ਵਧੀਆ ਸਮੇਂ ਬੰਨਿਆ ਸਾਡੇ ਕਲਾਕਾਰ ਵੀਰਾਂ ਨੇ ਇੱਕ ਛੋਟਾ ਜਿਹਾ ਸੰਦੇਸ਼ ਦਊਂਗਾ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਇੱਕ ਤੁਹਾਡਾ ਵੀਰ ਹੋਣ ਕਰਕੇ ਇੱਕ ਡਾਕਟਰੀ ਪੇਸ਼ੇ ਵੱਲੋਂ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਤੁਸੀਂ ਇਹਨਾਂ ਤੋਂ ਦੂਰ ਰਹੋ ਤੇ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਆਉਣ ਵਾਲਾ ਸਾਡਾ ਭਵਿੱਖ ਆ ਪੰਜਾਬ ਦਾ ਇੱਕ ਬਿਹਤਰੀਨ ਸੁੰਦਰ ਭਵਿੱਖ ਹੋਵੇ ਜੇ ਕਿਸੇ ਨੂੰ ਵੀ ਇੱਦਾਂ ਦੀ ਕੋਈ ਲੱਤ ਲੱਗੀ ਆ ਤਾਂ ਜ਼ਰੂਰ ਆਪਣਾ ਇਲਾਜ ਕਰਾਓ ਅਤੇ ਤੁਸੀਂ ਸਾਡਾ ਆਮ ਆਦਮੀ ਪਾਰਟੀ ਦਾ ਪੂਰਾ ਸਾਥ ਦਿਓ ਜਿਹੜਾ ਕਿ ਆਉਣ ਵਾਲਾ ਸਮੇਂ ਹੈਗਾ ਅਸੀਂ ਪੰਜਾਬ ਲਈ ਜੋ ਲੜਾਈ ਲੜ ਰਹੇ ਹਾਂ ਇੱਕ ਪੰਜਾਬ ਦੀ ਬਿਹਤਰੀ ਲਈ ਖੁਸ਼ਹਾਲੀ ਲਈ ਤੁਸੀਂ ਵੀ ਸਾਡਾ ਸਾਥ ਦਿਓ ਉਹ ਤੁਸੀਂ ਵੀ ਹਿੱਸਾ ਪਾਓ ਤੁਹਾਨੂੰ ਅੱਜ ਹੀ ਬਹੁਤ ਬਹੁਤ ਇੱਕ ਵਾਰੀ ਫਿਰ ਸਾਰਿਆਂ ਨੂੰ ਮੁਬਾਰਕਾਂ ਜੀ ਆਇਆਂ ਨੂੰ ਸਾਡੇ ਵੱਲੋਂ ਅਤੇ ਅਸੀਂ ਅਰਦਾਸ ਕਰਦੇ ਬਾਬਾ ਜੀ ਅੱਗੇ ਪੀਰਾਂ ਦੇ ਦਰਬਾਰ ਅੱਗੇ ਕਿ ਜੋ ਇਕੱਠ ਹੋਇਆ ਇਸ ਵਾਰ ਇਸ ਤੋਂ ਜ਼ਿਆਦਾ ਇਕੱਠ ਅਗਲੇ ਸਾਲ ਹੋਵੇ ਅਤੇ ਇਹ ਜੋ ਰੌਣਕਾਂ ਲੱਗੀਆਂ ਮੇਲੇ ਲੱਗੇ ਆ ਬਾਬਾ ਜੀ ਦੀ ਜਗ੍ਹਾ 'ਤੇ ਇੱਦਾਂ ਹੀ ਲੱਗਦੇ ਰਹਿਣ ਅਤੇ ਸਾਡਾ ਪੰਜਾਬ ਸਾਡੀ ਆਉਣ ਵਾਲੀ ਪੀੜ੍ਹੀ ਹਮੇਸ਼ਾ ਹੀ ਹੱਸਦਾ ਖੇਡਦੀ ਰਹੇ ਖੁਸ਼ਹਾਲ ਰਹੇ ਜੀ ਬਹੁਤ ਬਹੁਤ ਧੰਨਵਾਦ ਤਾੜੀ ਮਾਰਦੇ ਸਾਰੇ ਬਹੁਤ ਬਹੁਤ ਧੰਨਵਾਦ ਕਰਦੇ ਡਾਕਟਰ ਸਾਹਿਬ ਉਹਨਾਂ ਦੇ ਇੱਥੇ ਆਉਣ 'ਤੇ ਹਾਂਜੀ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਜੀ ਡਾਕਟਰ ਰਜੋਗ ਸਿੰਘ ਜੀ ਬੋਦਲ ਕਿਉਂਕਿ ਬਹੁਤ ਹੀ ਅੱਛੀ ਉਹਨਾਂ ਨੇ ਸਿੱਖਿਆ ਦਿੱਤੀ ਹੈ ਸਾਡੇ ਡਾਕਟਰ ਰਜੋਗ ਸਿੰਘ ਜੀ ਹਲੇ ਸਾਨੂੰ
ਸਾਨੂੰ ਦੱਸਿਆ ਗਿਆ ਕਿ ਇੱਥੇ ਲੰਗਰ ਖਾਣੇ ਵਾਸਤੇ ਕੋਈ ਸ਼ਰਤ ਨਹੀਂ ਹੈਗੀ ਅਤੇ ਅਸੀਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਜਿੰਨਾ ਖੋ ਸਕਦੇ ਅਸੀਂ ਸੇਵਾ ਜ਼ਰੂਰ ਇੱਥੇ ਦੇਵਾਂਗੇ ਆਪਾਂ ਲੰਗਰ ਖਾਣੇ ਦੀ ਛੱਤ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਅਰਦਾਸ ਕਰਦੇ ਹਾਂ ਹਾਂਜੀ ਗੁਰਦੋ ਦਾ ਤਾੜੀ ਮਾਰਦੇ ਜੀ ਬਚਨ ਰਾਮ ਜੀ ਦੇ ਨਾਂ ਤੇ ਜਿਨ੍ਹਾਂ ਨੇ ਇਹ ਬਿਜਲੀ ਦਾ ਸਾਰੀ ਸੇਵਾ ਕੀਤੀ ਹੈ ਪਰਮਜੀਤ ਜੀ ਸਾਨੂੰ ਬਚਨ ਰਾਮ ਜੀ ਐਨ ਇਸ਼ਕ ਨੂੰ ਟੋਲਦੇ ਇਸ਼ਕ ਵਾਲੇ ਮਗਾ ਲੈਂਦਾ ਇਹ ਦੋਹੀ ਜਹਾਨੀ ਖੁਆਰ ਕਰਦਾ ਦਰ ਦਰ ਦੀ ਭੀਖ ਮਗਾ ਛੱਡਦਾ ਅੱਖੀਆਂ ਨੂੰ ਅੱਖੀਆਂ ਵੇਖਣ ਆਈਆਂ ਅੱਖੀਆਂ ਕਿਸ ਗਜੀਏ ਨੇ ਫੜੀਆਂ ਅੱਠੇ ਪੈਰ ਰਹਿਣ ਵਿੱਚ ਗੰਬਦੇ ਹਾਂਜੀ ਬਾਬਾ ਜੀ ਅੱਖੀਆਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਅੱਖੀਆਂ ਲਾ ਬੈਠੇ ਬੈਠੇ
ਅਸ਼ਮੀ ਦੇ ਨਾਮ ਤੇ ਜੀ, ਬਾਬੇ ਅਸ਼ਮੀ ਦੇ ਨਾਮ ਤੇ। ਹਾਂਜੀ, ਹੋਰ ਵੀ ਤਮਾਇਆ ਸਾਡੇ ਜਿੰਨੇ ਵੀ ਜਾਤ ਉਸ ਬੰਦੀ ਗੁੱਤੋਂ ਆਏ ਨੇ ਜੀ, ਇਹ ਮੇਲ ਕਰਾਉਂਦੇ ਨੇ ਮਮਤੀ ਪੰਚ ਦੇ ਨਾਮ ਤੇ ਜੀ, ਮਮਤੀ ਪੰਚ ਦੇ ਨਾਮ ਤੇ। ਹਾਂਜੀ, ਹੋਰ ਵੀ ਤਮਾਇਆ ਜੱਗੇ ਦੇ ਨਾਮ ਤੇ ਜੀ, ਜੱਗਾ ਗਾਜੀਪੁਰੀਏ ਦੇ ਨਾਮ ਤੇ ਜੀ, ਜੱਗੇ ਗਾਜੀਪੁਰੀਏ ਦੇ ਨਾਮ ਤੇ। ਹਾਂਜੀ, ਹੋਰ ਵੀ ਤਮਾਇਆ ਜੀ, ਗਗਨ ਤੇ ਜੱਗੇ ਦੇ ਨਾਮ ਤੇ ਜੀ, ਕੱਚੀ। ਹਾਂਜੀ, ਹੋਰ ਵੀ ਤਮਾਇਆ ਗਗਨ ਤੇ ਜੱਗੇ ਦੇ ਨਾਮ ਤੇ। ਹਾਂਜੀ, ਹੋਰ ਵੀ ਤਮਾਇਆ ਮੇਰੇ ਜਾਦੂ ਸਪੇਲ ਕਰਾਉਂਦੇ ਨੇ ਮੇਰੇ ਨਾਮ ਤੇ, ਜਾਣ ਕੇ ਮਿਸ ਸਲੋਨੀ ਦੇ ਨਾਮ ਤੇ, ਮੈਂ ਸਲੋਨੀ ਹਾਜ਼ਮੁਲਾ ਕੈਂਡੀ ਥੋੜੀ ਖੱਟੀ ਥੋੜੀ ਮਿੱਠੀ ਦੇ ਨਾਮ ਤੇ। ਹੈਲੋ, ਹਾਂਜੀ, ਬਹੁਤ ਸਾਰੀ ਬੈਂਕਾਂ ਹੈ ਜੀ, ਸਾਡੇ ਸਿੰਗਰ ਰਾਜੇਸ਼ ਕੁਮਾਰ ਦੇ ਨਾਮ ਤੇ। ਹਾਂਜੀ, ਬਹੁਤ ਸਾਰੀ ਬੈਂਕਾਂ ਹੈ ਜੀ, ਸਾਡੇ ਸਿੰਗਰ ਰਾਜੇਸ਼ ਕੁਮਾਰ ਦੇ ਨਾਮ ਤੇ। ਹਾਂਜੀ, ਹੋਰ ਬੈਂਕਾਂ ਹੈ ਜੀ, ਸਾਹਮਣੇ ਬੈਠੇ ਨੇ ਸਾਡੇ ਆਂਟੀ ਜੀ ਰਵੀ ਦੁਬਈ ਤੋਂ ਪੀਰਾਂ ਦੇ ਨਾਮ ਤੇ, ਮੇਲੇ ਹੋਏ ਸਰਕਾਰੀ ਨਾਮ ਤੇ, ਸਾਡੇ ਪਾਰਟੀ ਨਾਮ ਤੇ। ਹਾਂਜੀ, ਹੋਰ ਬੈਂਕਾਂ ਹੈ ਜੀ, ਅਮਰਜੀਤ ਦੇ ਨਾਮ ਤੇ, ਬੈਂਕਾਂ ਹੈ ਜੀ ਅਮਰਜੀਤ ਦੇ ਨਾਮ ਤੇ। ਹਾਂਜੀ, ਹੋਰ ਬੈਂਕਾਂ ਹੈ ਜੀ, ਰਵਿੰਦਰ ਪਾਲ ਦੁਬਈ ਤੋਂ ਪੀਰਾਂ ਦੇ ਨਾਮ ਤੇ, ਪੀਰ ਬਾਬਾ ਨੂਰੀਸਰ ਸਰਕਾਰ ਦੇ ਨਾਮ ਤੇ, ਸਾਡੇ ਪਾਰਟੀ ਨਾਮ ਤੇ। ਹਾਂਜੀ, ਹੋਰ ਬੈਂਕਾਂ ਹੈ ਜੀ, ਜਗਿੰਦਰ ਸ਼ਾਹ ਦੇ ਨਾਮ ਤੇ, ਬੈਂਕਾਂ ਹੈ ਜੀ ਜਗਿੰਦਰ ਸ਼ਾਹ ਦੇ ਨਾਮ ਤੇ, ਪੀਰਾਂ ਦੇ ਨਾਮ ਤੇ। ਹਾਂਜੀ, ਹੋਰ ਬੈਂਕਾਂ ਹੈ ਜੀ, ਸੇਵਾਦਾਰ। ਹਾਂਜੀ, ਹੋਰ ਬੈਂਕਾਂ ਹੈ ਜੀ, ਸੇਵਾਦਾਰ ਸੁੱਚਾ ਦੇ ਨਾਮ ਤੇ, ਸੁੱਚਾ ਦੇ ਨਾਮ ਤੇ, ਅਜੇ ਦੇ ਨਾਮ ਤੇ, ਮਨਿੰਦਰ ਦੇ ਨਾਮ ਤੇ, ਪੀਰਾਂ ਦੇ ਨਾਮ ਤੇ। ਹਾਂਜੀ, ਹੋਰ ਬੈਂਕਾਂ ਹੈ ਜੀ, ਮੋਨਾ ਦੇ ਨਾਮ ਤੇ, ਬੈਂਕਾਂ ਹੈ ਜੀ ਮੋਨਾ ਦੇ ਨਾਮ ਤੇ, ਮੇਲੇ ਵਾਲੀ ਸਰਕਾਰੀ ਨਾਮ ਤੇ, ਅਲਮਸਤ ਬਾਪੂ ਲਾਲ ਵਸ ਨਾਮ ਤੇ, ਸਾਡੇ ਪਾਰਟੀ ਨਾਮ ਤੇ। ਜਿੰਦ ਫਸ ਕੇ ਕਿੱਥੇ ਜਾਵਾਂ, ਜੇ ਤੂੰ ਆਵੇਂ ਹਾਲ ਸੁਣਾਵਾਂ। ਜਕਾਰਾ ਬਾਬਾ ਖੁਸ਼ਹਾਲ ਦਾਸ ਸਰਕਾਰਾਂ ਦਾ ਬਹੁਤ ਸੱਚੇ ਦਰਬਾਰ ਕੀ ਹੈ। ਹੈਲੋ ਜੀ, ਹਾਂਜੀ, ਹੋਰ ਬੇਨਤ ਮਾਇਆ ਸਾਡੇ ਭਾਈ ਸਾਹਿਬ ਜੀ ਮੇਲ ਕਰਾਉਂਦੇ ਨੇ ਪਿੰਡ ਮੱਤੀਪੁਰ ਤੋਂ ਜੀ, ਬੇਰੀ ਵਾਲੀ ਸਰਕਾਰ ਦੇ ਨਾਮ ਤੇ, ਬੇਰੀ ਵਾਲੀ ਸਰਕਾਰ ਦੇ ਨਾਮ ਤੇ ਜੀ। ਹਾਂਜੀ, ਹੋਰ ਬੇਨਤ ਮਾਇਆ ਮੰਨੇ ਤੇ ਪ੍ਰਿੰਸ ਦੇ ਨਾਮ ਤੇ, ਮੰਨੇ ਤੇ ਪ੍ਰਿੰਸ ਦੇ ਨਾਮ ਤੇ। ਹਾਂਜੀ, ਹੋਰ ਬੇਨਤ ਮਾਇਆ ਸਲੋਨੀ ਦੇ ਨਾਮ ਤੇ, ਮੈਂ ਸਲੋਨੀ ਸਾਬਣ ਦੀ ਚਾਕੀ ਕੱਪੜੇ ਦੇ ਕਸਾਉ ਚਮਕ ਲੈ ਕੇ ਆਓ।
ਉਹਨਾਂ ਨੂੰ ਅੰਦਰ ਹੀ ਰੱਬ ਮਿਲ ਜਾਂਦਾ ਹੈ। ਸਵਾਮੀ ਕੁਸ਼ਾਲ ਦਾਸ ਸਰਕਾਰ ਵਰਗੇ ਮੁਰਸ਼ਦ ਜਿਹਦੇ ਹੁਣ, ਬਾਬਾ ਨੂਰੀ ਸ਼ਾਹ ਸਰਕਾਰ ਜੀ ਵਰਗੇ ਮੁਰਸ਼ਦ ਹੁਣ, ਉਹਨਾਂ ਨੂੰ ਇੱਥੇ ਹੀ ਸਭ ਕੁਛ ਮਿਲ ਜਾਂਦਾ ਹੈ। ਮੁਰਸ਼ਦ ਮਿਲੇ ਤਾਂ ਰੱਬ ਮਿਲਦਾ, ਬਾਟ ਮੱਕੇ ਦੀ ਪਾਉਣ ਦਾ ਕੀ ਫਾਇਦਾ? ਜਿਹਦੇ ਦਿਲ ਵਿੱਚ ਹਿਜ਼ਰ ਦਾ ਸੇਕ ਨਹੀਂ ਹੋ ਉਹਨੂੰ ਧੂੰਏ ਤਪਾਉਣ ਦਾ ਕੀ ਫਾਇਦਾ? ਜਦੋਂ ਵਕਤ ਦੀਵਾਨਿਆਂ ਗੁਜ਼ਰ ਜਾਵੇ ਭਲਾ ਫੇਰ ਪਛਤਾਉਣ ਦਾ ਕੀ ਫਾਇਦਾ? ਸੋ ਮੈਡਮ ਪੂਜਾ ਜੀ ਕਲਕੱਤੇ ਵਾਲੇ, ਹਾਂਜੀ ਕਰ ਦਿਓ ਪਲੇ ਜੀ।
ਜੀ ਜ਼ੋਰਦਾਰ ਤਾੜੀ ਬਾਬੇ ਬਾਬਾ ਜੀ ਦੇ ਨਾਮ ਤੇ ਇੱਕ ਵਾਰ ਸਾਈਂ ਦਾ ਬਣਦੇ ਨਹੀਂ ਉਹ ਹੋਵੇਗੀ ਮੁਰਾਦਾ ਪਾਵੇਗਾ।